Hey everyone, welcome back to my YouTube channel Harman Beauty. ਕਿਵੇਂ ਹੋ ਤੁਸੀਂ ਸਾਰੇ? ਅੱਜ ਨਾ ਆਪਣਾ ਅਚਾਨਕ ਹੀ ਪਲਾਨ ਬਣ ਗਿਆ, ਆਪਾਂ ਚੱਲੇ ਸੀ ਮਾਲ ਵੀ, ਚਲ ਆਪਾਂ ਗੁਰੂ ਘਰ ਮੱਥਾ ਟੇਕ ਦਈਏ. ਸੋ ਜਾਂਦੇ ਜਾਂਦੇ ਆਪਾਂ ਗੁਰੂ ਘਰ ਜਾ ਆਵਾਂਗੇ ਸਾਰੇ ਜਣੇ. ਅਤੇ ਆਹਾ ਜੀ ਮੇਰਾ ਪਾਰਸਲ, ਇਹ ਮੈਂ ਸ਼ਿਪ ਕਰਨ, ਸੋ ਇਹ ਪਾਰਸਲ ਸ਼ਿਪ ਕਰਨ ਆਪਾਂ ਸਰੀ. ਸੋ ਜਿਵੇਂ ਤੁਹਾਨੂੰ ਪਤਾ ਕਿ ਮੇਰਾ ਸੂਟਾਂ ਦਾ ਕੰਮ ਆ, ਜਿਵੇਲਰੀ ਦਾ ਕੰਮ ਆ, ਸੋ ਕਿਸੇ ਨੇ ਸੂਟ ਮੰਗਵਾਇਆ ਸੀ, ਸੋ ਆਪਾਂ ਸੂਟ ਉਹਨਾਂ ਦਾ ਕੋਰੀਅਰ ਕਰਕੇ ਆਵਾਂਗੇ ਅੱਜ. ਅਤੇ ਕੈਨੇਡਾ ਪੋਸਟ ਚੱਲੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਮਾਲ ਚੱਲਾਂਗੇ. ਸਭ ਤੋਂ ਪਹਿਲਾਂ ਤਾਂ ਆਪਾਂ ਮੱਥਾ ਟੇਕਾਂਗੇ, ਗੁਰੂ ਘਰ ਜਾਵਾਂਗੇ, ਫਿਰ ਮਾਲ ਵਗੈਰਾ ਦੇ ਸਾਰੇ ਕੰਮ ਕਰਾਂਗੇ. ਅਤੇ ਸਾਰੇ ਜਣੇ ਰੈਡੀ ਆ, ਦੇਖੋ ਆ ਜਾਓ. ਆ ਦੇਖੋ ਸਾਰੇ ਜਣੇ ਆ, ਮੰਮੀ ਹੈਲੋ. ਅੱਜ ਪਾਪਾ ਦਾ ਮੈਚ ਆ ਸੀਪ ਦਾ. ਕਿੰਨੇ ਮਰਜ਼ੀ ਬਿਮਾਰ ਹੋ ਜਾਣ. ਹੈਲੋ ਸ਼ਨੈਲ, ਕੀ ਕਰਦੇ, ਕਿੱਥੇ ਚੱਲੇ ਅੱਜ? ਖੇਡੀ ਜਾਂਦਾ ਆਪਣਾ. ਸਭ ਤੋਂ ਪਹਿਲਾਂ ਆਪਾਂ, ਬਹੁਤ ਵਧੀਆ ਵੈਦਰ ਆ. ਸੋ ਸਭ ਤੋਂ ਪਹਿਲਾਂ ਆਪਾਂ ਕੈਨੇਡਾ ਪੋਸਟ ਜਾਵਾਂਗੇ, ਫਿਰ ਆਪਾਂ ਅੱਗੇ ਦੇਖਦੇ ਆ, ਫਿਰ ਗੁਰੂ ਘਰ ਨਾ, ਫਿਰ ਗੁਰੂ ਘਰ ਚੱਲਾਂਗੇ, ਫਿਰ ਆਪਾਂ ਆਪਣਾ ਦਿਨ ਸ਼ੁਰੂ ਕਰਾਂਗੇ. ਥੋੜ੍ਹਾ ਜਿਹਾ ਕੈਨੇਡਾ ਪੋਸਟ ਰਾਹ ਦੇ ਵਿੱਚ ਸੀਗਾ, ਕਿਉਂਕਿ ਘਰ ਦੇ ਕੋਲ ਹੀ ਆ. ਫਿਰ ਆਪਾਂ ਕਿਹਾ ਚਲ ਪਹਿਲਾਂ ਇਹ ਕੰਮ ਡਨ. ਸਾਰੀ ਇਨਫੋਰਮੇਸ਼ਨ ਮੈਂ ਲਿਖਤੀ ਸੀ ਬਾਕਸ ਦੇ ਉੱਪਰ, ਬਸ ਹੁਣ ਮੈਂ ਡਰੋਪ ਆਫ ਕਰ ਦੇਣਾ ਇਹਨਾਂ ਨੂੰ. ਅਤੇ ਬਹੁਤ ਨਾਈਸ ਆ ਕੈਨੇਡਾ ਪੋਸਟ ਵਾਲੇ ਵੀ. ਐਂਡ ਹੁਣ ਆਪਾਂ ਆ ਗਏ ਗੁਰੂ ਘਰ. ਮੈਂ ਜਿਹੜੀ ਡੈਡੀ ਜੀ, ਮੰਮੀ ਨਾ, ਸਾਰੇ ਜਣੇ ਆ ਜਾਓ, ਆਪਾਂ ਮੱਥਾ ਟੇਕ ਲਈਏ, ਦਰਸ਼ਨ ਕਰ ਲਓ ਬਾਬਾ ਜੀ ਦੇ. ਲੰਗਰ ਹਾਲ ਦਾ ਫੂਡ ਇੰਨਾ ਜ਼ਿਆਦਾ ਸਵਾਦ ਹੁੰਦਾ ਨਾ, ਅਤੇ ਸ਼ਨੈਲ ਵੀ ਬਹੁਤ ਲਾਈਕ ਕਰਦੇ, ਇਹਨੂੰ ਵੀ ਪੂਰਾ ਯੰਮੀ ਲੱਗਿਆ ਅਤੇ ਖਾਈ ਜਾਂਦੀ ਹੈ ਬੈਠੀ. ਦੇਖੋ ਸਿਆਣੇ ਬੱਚਿਆਂ ਵਾਂਗੂ ਪੂਰਾ, ਲੈ ਪੂਰੀ ਸਿਆਣੀ ਬਣੀ ਬੈਠੀ. ਦਹੀਂ ਦੀ ਬਾਹਲੀ ਸ਼ੌਕੀਨ ਆ, ਦਹੀਂ ਦੀ ਖਾਈ ਜਾਂਦੀ ਆ. ਸ਼ਨੈਲ ਨਾ ਖਾਂਦੀ ਆ ਦਾਦੂ ਨਾਲ, ਹੁਣ ਪਹਿਲਾਂ ਮੇਰੇ ਤੋਂ ਖਾ ਕੇ ਯਾ ਜਿਹੜੀ ਕਿੰਨੀ ਸੋਹਣੀ ਆ ਹਨਾ, ਹਾਂ ਕਿੰਨੀ ਸੋਹਣੀ ਆ ਨਾ. ਆ ਵੀ ਇਹ ਜਿਹਾ ਸੀ ਜਿਹੜਾ ਆਪਾਂ ਦੇਖਦੇ ਸੀ, ਜਿਹੜੀ ਇਹ ਜਿਹੜਾ ਬਾਅਦ ਦੇ ਵਿੱਚ ਜਿਵੇਂ ਸੇਮ ਆਨਲਾਈਨ ਦੇਖਿਆ ਸੀ ਜਿਹੜਾ, ਆ ਚੀਜ਼ ਆ ਹਰਮਨ, ਆਹੀ ਆਹੀ ਕਹਿੰਦੀ ਸੀ ਡੈਡੀ, ਸੇਮ ਸੇਮ ਡੈਡੀ ਜੀ ਆਨਲਾਈਨ ਇਹ ਪਿਆ ਸੀ, ਸੇਮ ਇਹ ਚੀਜ਼ ਆਨਲਾਈਨ ਪਈ ਸੀ. ਮੈਂ ਕਿਹਾ ਸੇਮ ਪਲਾਸਟਿਕ ਜਿਹਾ ਬਾਹਲਾ ਹੀ ਲੱਗਦਾ ਮੈਨੂੰ, ਇਹ ਤਾਂ ਉਵੇਂ ਜਿਹਾ. ਉਹ ਦੇਖੋ ਮੰਮੀ ਵਧੀਆ ਜਿਹਾ ਚੀਜ਼, ਆਹ ਵੀ ਸੋਹਣਾ ਹਨਾ ਡੈਡੀ ਜੀ ਜਿਹੜਾ ਤੁਸੀਂ, ਹਾਂ ਜਿਹੜਾ ਡੈਡੀ ਜੀ ਨੇ ਦੇਖ, ਪਰ ਆਹ ਕਲਰ ਵੀ ਸੋਹਣਾ ਜਿਹੜੀ, ਇਹਦੀ ਬਣਾਵਟ ਕੁਛ ਹੋਰ ਆ ਵੀਰ ਜੀ, ਤੁਸੀਂ ਦੇਖੋ ਇਹਦੀ ਬਣਾਵਟ ਕੁਛ ਹੋਰ. ਇੱਕ ਤਾਂ ਨਾ ਇਹ ਸਾਰੇ ਜਣੇ ਕਨਫਿਊਜ਼ ਬਹੁਤ ਹੋ ਜਾਂਦੇ ਨੇ ਹੁਣ, ਇਹਨਾਂ ਨੇ ਆਈ ਨਹੀਂ ਪਤਾ, ਸਾਰਾ ਕੁਛ ਛੱਡ ਜਾਣ. ਇੱਕ ਡੈਡੀ ਜੀ ਕਲਰ ਬਲਾਈਂਡ ਆ, ਡੈਡੀ ਜੀ ਨੂੰ ਕਲਰਸ ਦਾ ਨਹੀਂ ਪਤਾ, ਪਿੰਕ ਹੋਈ ਨਹੀਂ ਹੈਗਾ ਇਹਨਾਂ 'ਚ. ਦੇਖ ਕੇ ਮੰਮੀ ਆਉਂਦੇ ਆ ਗਈ, ਇਹ ਮੰਮੀ ਦੀ ਖਾਸੀਅਤ ਆ, ਜਦੋਂ ਅਸੀਂ ਜਿੱਥੇ ਮਰਜ਼ੀ ਖੜੇ ਮੰਮੀ ਆਪਦੇ ਅੱਡ ਆਇਲ 'ਚ ਜਾ ਕੇ ਪਹਿਲਾਂ ਹੀ ਦੇਖ ਲੈਣਗੇ ਵੀ ਉੱਧਰ ਉਹ ਪਿਆ, ਜਿੱਥੇ ਅਸੀਂ ਸਾਰੇ ਖੜੇ ਉੱਥੇ ਨਹੀਂ ਖੜਨਾ ਮੰਮੀ ਨੇ, ਪਹਿਲਾਂ ਦੂਜੀ ਆਇਲ 'ਚ ਜਾਣਾ. ਚਲੋ ਕਾਕਾ ਬੈਠਾ ਇੱਥੇ,
ਆ ਦੇਖੋ ਮੈਂ ਸਟਾਈਲ ਵਰਗ ਹੀ ਆ ਜਿਹੜੇ ਅਸੀਂ ਲੈ ਕੇ ਇਸ ਪਿੰਕ ਨਹੀਂ ਇਹਦੇ ਕੁਛ ਤਾਂ ਮੈਂ ਆਏ ਆ ਇਹਨਾਂ ਕਨੇ ਆਪਾਂ ਬੰਦ ਲੱਭੀ ਦੇ ਇਹਨਾਂ ਚ ਹਾਂ ਬੰਦ ਹੀ ਦੇ ਸਿੰਪਲ ਪਰ ਜਿਹੜੀ ਆਪਣੇ ਦੇਖਿਆ ਸੀ ਇਹ ਨਾ ਕੁਛ ਹੋਰ ਵੀ ਬਣ ਜਾਂਦਾ ਵੀ ਬਾਅਦ ਚੋਂ ਵੱਡੇ ਹੋ ਕੇ ਮੈਂ ਪਤਾ ਨਹੀਂ ਕੀ ਦੇਖਿਆ ਸੀਗਾ ਵੀ ਕੀ ਬਣ ਜਾਂਦਾ ਇਹ ਸਾਈਕਲ ਸਾਈਕਲ ਵੀ ਲੈ ਲਾਂਗੇ ਹੌਲੀ ਹੌਲੀ ਮੈਨੂੰ ਇਹੀ ਜਿਹੇ ਸੋਹਣੇ ਲੱਗਦੀਆਂ ਹੁੰਦੀਆਂ ਨੇ ਆ ਦੇਖਿਓ ਕਿੰਨੇ ਸੋਹਣੇ ਸੋਹਣੇ ਸਟੋਏਸ ਆ ਖੇਡੀ ਜਾਂਦੇ ਚਲੋ ਕੁਛ ਜਦੋਂ ਲੈ ਲਿਆ ਫਿਰ ਤੁਹਾਨੂੰ ਦੱਸਾਂਗੇ ਤੇ ਫਿਰ ਦਿਖਾਵਾਂਗੇ ਸ਼ਨੈਲ ਦਾ ਰਿਐਕਸ਼ਨ ਘਰੇ ਜਾ ਕੇ ਜਦੋਂ ਸ਼ਨੈਲ ਉੱਠ ਗਈ ਫਿਰ ਇਹਨੂੰ ਅਸੈਂਬਲ ਕਰਕੇ ਦੇਵਾਂਗੇ ਕੀ ਲੈ ਲਿਆ ਹੁਣ ਉਹ ਵਾਲਾ ਦੂਜਾ ਉਹ ਵੀ ਸੋਹਣਾ ਕਲਰ ਆ ਨਾ ਜਿਹੜੀ ਹਾਂ ਆਹ ਕਲਰ ਸੋਹਣਾ ਆ ਜਿਹੜੀ ਆ ਤਾਂ ਦੋਨੋਂ ਸੇਮ ਹੀ ਆ ਹਾਂ ਸੇਮ ਹੀ ਆ ਥੋੜੇ ਦੇ ਆ ਤੇ ਆ ਹੈ ਨਹੀਂ ਬਸ ਇਹਦਾ ਕਲਰ ਹੋਰ ਉਹਦੇ ਵਿੱਚ ਹੈ ਨਹੀਂ ਅੱਛਾ ਉਹਦੇ ਵਿੱਚ ਹੋਊਗਾ ਤਾਂ ਸਹੀ ਜਿਹੜੀ ਜਿਹੜੀ ਜੀ ਇਹਦੇ ਵਿੱਚ ਹੋਊਗਾ ਜਿਵੇਂ ਇਹਦੇ ਚਾਹੇ ਪਣਾ ਲਾ ਆਏ ਨਹੀਂ ਹੋ ਸਕਦਾ ਵੀ ਨਾ ਹੋਵੇ ਆਏ ਪਲਾਸਟਿਕ ਜਾਂ ਬਈ ਯਾਰ ਹੁਣ ਵਧੀਆ ਨਾ ਹੋਵੇ ਇਹ ਆਪਾਂ ਦੇ ਉਹ ਲੈਣ ਦਾ ਕੁਝ ਨਹੀਂ ਹੁੰਦਾ ਮੈਲਾ ਨਹੀਂ ਹੁੰਦਾ ਬਹੁਤ ਪਾਇਆ ਆਪਣੇ ਵਿਆਹ ਲੈ ਲਈ ਇਹ ਫਲੋਰ ਮਾਡਲ ਵੀ ਸੀਗਾ ਆਪਾਂ ਨੂੰ ਚਲੋ ਵਧੀਆ ਘਰੇ ਅਸੈਂਬਲ ਨਹੀਂ ਕਰਨਾ ਪਊਗਾ ਉਹਨਾਂ ਨੇ ਆਪਾਂ $20 ਡਿਸਕਾਊਂਟ ਦੇ ਤਾ ਕਿਉਂਕਿ ਇਹਨਾਂ ਕੋਲ ਹੋਰ ਕੋਈ ਪੀਸ ਹੈ ਨਹੀਂ ਸੀਗਾ ਅਤੇ ਬੜਾ ਸੋਹਣਾ ਵੀ ਆਪਾਂ ਲੈ ਲਿਆ ਹੁਣ ਸ਼ਨੈਲ ਸੁੱਤਾ ਪਿਆ ਚਲੋ ਜਦੋਂ ਹੀ ਉੱਠੀ ਆਪਾਂ ਇਹਨੂੰ ਫਿਰ ਇਹਦੇ ਵਿੱਚ ਹੀ ਬਿਠਾ ਲੈਣਾ ਆਪਾਂ ਹੁਣ ਸਲਾਈਡਸ ਦੇਖਦੇ ਹਾਂ ਬੱਚਿਆਂ ਦੀਆਂ ਸੋ ਆਪਾਂ ਇੱਕ ਉਹ ਵੀ ਲੈ ਕੇ ਚੱਲਾਂਗੇ ਘਰੇ ਸਲਾਈਡ ਕਰਨ ਨੂੰ ਚਲੋ ਆ ਸੀਗੀਆਂ ਓਕੇ ਬਈ ਆਪਾਂ ਹੁਣ ਬਿਲ ਕਰਾਉਣ ਲੱਗੇ ਸੀ ਕਿਸੇ ਨੇ ਆਪਦੀ ਨਿੱਕੀ 'ਚ ਬੋਲ ਲੈ ਲਈ ਬਾਰਬੀ ਵਾਲੀ ਇੱਕ ਆ ਲੈ ਲਿਆ ਡਰਾਇੰਗ 'ਚ ਕਰਨ ਨੂੰ ਆਪਣੀ ਜਿਹੜੀ ਸਾਈਕਲ ਹੈਗੀ ਆ ਉਹ ਸਾਹਮਣੇ ਖੜ੍ਹਾ ਉਹ ਲੈ ਲਿਆ ਉੱਥੋਂ ਪਿੱਕ ਚੱਕ ਲੈਣਾ ਬਸ ਡਨ ਬਹੁਤ ਵਧੀਆ ਸੀਗਾ ਅਤੇ ਉਹ ਸਾਰੇ ਜਣੇ ਖੜ ਆਪਣੇ ਨਾਲ ਦੇ ਮੰਮੀ ਹੋਣੀ ਵੀ ਆਪਣੇ ਆਹ ਲੈ ਲਈ ਸੀ ਆਪਣੀ ਗੱਡੀ 'ਚ ਆਉਣੀ ਨਹੀਂ ਹੁਣ ਸੀਟ ਅਤੇ ਫਿਰ ਆਪਣੇ ਇੱਕ ਆਹ ਸਾਈਕਲ ਹੀ ਲੈ ਲਈ ਇਹ ਆਪਾਂ ਨੂੰ ਬਣੀ ਬਣਾਈ ਮਿਲ ਗਈ ਨਾਲੇ $20 ਔਫ ਮਿਲ ਗਿਆ ਨਾਲੇ ਸੈਂਪਲ ਨਹੀਂ ਕਰਨੀ ਪੈਣੀ ਐਂਡ ਹਾਂਜੀ ਬਈ ਆਪਾਂ ਹੁਣ ਟੋਏ ਰਸ਼ 'ਚ ਵੀ ਸਾਰਾ ਸਮਾਨ ਲਿਆ ਤੁਸੀਂ ਤੁਹਾਨੂੰ ਪਤਾ ਆਪਾਂ ਆ ਗਏ ਕੈਨੇਡੀਅਨ ਟਾਇਰ ਇੱਥੇ ਸਾਈਕਲ ਹੀ ਸਾਈਕਲ ਖੜ੍ਹੇ ਆ ਮਾੜੇ ਜ਼ਿਆਦੇ ਅਤੇ ਸ਼ਨੈਲ ਵੀ ਉੱਠ ਗਿਆ ਸੀਗਾ ਹੁਣ ਆਪਾਂ ਇੱਥੋਂ ਦੇਖਦੇ ਹਾਂ ਕੁਛ ਹੋਰ ਟੋਏ ਸ਼ਨੈਲ ਦਾ ਆਪਾਂ ਹੋਰ ਕੀ ਲੈਣਾ ਸੀ ਸ਼ਨੈਲ ਦੀ ਉਹ ਥੱਲੇ ਆ ਮੰਮੀ ਇੱਥੇ ਸਾਰਾ ਕੁਛ ਇਹੋ ਜਿਹਾ ਸਲਾਈਡ ਤਾਂ ਆਪਾਂ ਦੇਖ ਇਹ ਤਾਂ ਇੰਡੀਆ 'ਚ ਜਿਹੜੀ ਸਾਈਕਲ ਦੁਕਾਨ 'ਤੇ ਉੱਪਰ ਹੁੰਦੇ ਸੀ ਉਵੇਂ ਹੋਏ ਪਏ ਉਵੇਂ ਲੱਗੇ ਹੋਏ ਆ ਦੇਖੇ ਜਿਹੜੇ ਇੰਡੀਆ ਹੁੰਦੇ ਸੀਗੇ ਆ ਇਹੋ ਜਿਹੇ ਇੱਥੇ ਤਾਂ ਹੈ ਨਹੀਂ ਗਾ ਉਹ ਚਲੋ ਕੋਈ ਨਹੀਂ ਦੇਖਦੇ ਆ ਕੀ ਨਹੀਂ ਹੈਗਾ ਨਜ਼ਰ ਵਾਲੇ ਮਿਲ ਸਾਈਕਲ ਦਿੱਕੇ ਤਾਂ ਨਹੀਂ ਉਹ ਅੱਗੇ ਸੀਗੇ ਹੈ ਉਹ ਨਹੀਂ ਮੈਨੂੰ ਪਤਾ ਮੰਮੀ ਯਾਰ ਤੇ ਇੱਧਰ ਨੂੰ ਆਉਗਾ ਤਾਂ ਨਹੀਂ ਲੈਟ ਵਿੱਚ ਮੇਰਾ ਬਿਜ਼ਨਸ ਚਲਾ ਲੈਂਦੇ ਨੇ ਕਹਿੰਦੇ ਇਹ ਜਿਹਾ ਲਿਆ ਕੇ ਇਹਦੇ ਵਿੱਚ ਇਦਾਂ ਪਿੰਨ ਜਿਹਾ ਲਾ ਕੇ ਫਿਰ ਇਹਦੇ ਵਿੱਚ ਤੂੰ ਇਅਰਿੰਗਸ ਟੰਗ ਲਈ ਸੋ ਇਹ ਆਲਰੇਡੀ ਆਪਾਂ ਨੇ ਲੈ ਲਿਆ ਚਲੋ ਚੱਕ ਲੱਭ ਲਿਆ ਮੰਮੀ ਨੇ ਚੱਕ ਦੇਖਦੇ ਹਾਂ ਮੰਮੀ ਆ ਗਈ ਚਲੋ ਆਪਾਂ ਦੇਖ ਲਈਏ ਫਿਰ ਤੁਹਾਨੂੰ ਦੱਸਦੇ ਹਾਂ ਆਪਾਂ ਕੀ ਲਿਆ ਇੱਥੋਂ ਫਿਰ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਆ ਜਿਹੜੀ ਨਾ ਅੱਜ ਪੂਰੀ ਆਕੜ 'ਚ ਫਿਰਦਾ ਪਤਾ ਨਹੀਂ ਕਿਹੜੀ ਗੱਲ ਦੀ ਇਹਨੂੰ ਆਕੜ ਹੋਇਆ ਸਾਰਿਆਂ ਨੂੰ ਟਿਕਟੋਕ 'ਤੇ ਦੇਖਿਆ ਹੋਣਾ ਜਿਹੜਾ ਗਰੀਬੋ
ਅੱਜ ਹਰਮਨ ਨੂੰ ਮੈਂ ਦੋ ਤਿੰਨਾਂ ਦੀ ਗਰੀਬੋ ਕਹਿਦਾ ਇਹ ਪੂਰੀ ਮੱਚੀ ਕਰਦੀ ਆ ਉਹਦੀ ਰੀਸ ਕਰੀ ਜਾਂਦਾ ਉਹ ਸ਼ੋਹੇ ਪਤਾ ਨਹੀਂ ਕਿਹੜਾ ਆ ਗਰੀਬੋ ਗਰੀਬੋ ਕੁਛ ਨਹੀਂ ਆਪਕੋ ਇਹ ਜਿਹਾ ਤਾਂ ਤੂੰ ਆਪ ਗਰੀਬ ਹੋ ਨਾ ਕੀ ਕਹਿੰਦਾ ਹੁੰਦਾ ਜਿਹੜੀ ਕੰਜੂਸੋ ਪਤਾ ਨਹੀਂ ਕੀ ਆਇਆ ਜੀ ਕਰਦਾ ਹੁੰਦਾ ਗੁਰਪੀਤਾ ਉਹਦੀ ਰੀਸ ਕਰੀ ਜਾਂਦਾ ਜੀ ਹੈ ਸ਼ਨੈਲ ਨੇ ਆਹ ਪਾਲੂ ਜਿਹਾ ਲੈ ਲਿਆ ਉਹਦੇ ਨਾਲ ਹੀ ਖੇਡੀ ਜਾਂਦਾ ਕੱਦੂ ਹੈ ਨਾ ਸ਼ਨੈਲ ਤੇ ਦੇਖਣ ਆਏ ਸੀ ਸੀਟਸ ਤੇ ਇੱਥੇ ਆ ਲਓ ਦੇਖਣ ਆਏ ਸੀ ਸੀਟਸ ਤੇ ਆਹ ਦੇਖਣ ਲੱਗ ਗਏ ਜਿਹੜੀ ਉਹਦੀ ਬਾਰਬੀਕਿਊ ਮਿਲ ਗਿਆ ਕੋਈ ਬਾਹਰ ਖਾਸ ਮੰਮੀ ਤੇਰੀ ਨੇ ਘੂਰਤਾ ਅੱਛਾ ਪਸੰਦ ਬਟ ਹਰਮਨ ਕਹਿੰਦੀ ਵੀ ਇਹ ਥੋੜੀ ਮਹਿੰਗੀ ਹੈ ਪਸੰਦ ਸੀਗੀ ਤੇ ਸਾਡੇ ਹਿੰਦੇ ਨੇ ਵੀ ਹੋਰ ਤੇ ਦੇਖਣੀ ਹੈ ਤਾਂ ਕਿ ਅਸੀਂ ਤਾਂ ਦੇਖਣੀ ਕਿਉਂਕਿ ਹਰਮਨ ਕਹਿੰਦੀ ਪਹਿਲਾਂ ਵਾਲਮਾਰਟ ਦੇਖੋ ਵੀ ਉੱਥੇ ਵੀ ਸਸਤੀ ਹੋ ਸਕਦੀ ਹੈ ਠੀਕ ਆ ਹਰਮਨ ਕਹਿੰਦੀ ਆ ਵੀ ਆਪਾਂ ਲੈਣੀ ਆ ਥੋੜੀ ਜਿਹੀ ਸੀਟ ਇੱਦੇ ਕਿ ਵੀ ਜਿਹੜੀ ਇੱਧਰਲੀ ਸੀਟ ਦੇ ਇੱਧਰ ਦੀ ਵਿਚਾਲੇ ਲੱਗ ਜੇ ਵਿਚਾਲੇ ਲੱਗ ਜੇ ਚੱਲ ਜੀ ਆਪਣੀ ਵਿਚਾਲੜੀ ਗੱਡੀ ਸੀਟ ਛੋਟੀ ਆ ਨਹੀਂ ਮੈਂ ਅਸੀਂ ਆ ਸੀਟਸ ਨਾਲ ਸਾਰੇ ਹੁਣ ਦੇਖੋ ਪੰਜ ਕੁ ਸੀਟਸ ਨੇ ਇਹਦੇ ਵਿੱਚ ਸਿਲੈਕਟ ਕਰਨੇ ਮੈਨੂੰ ਆਇਆ ਵੀ ਕਾਫੀ ਸੋਹਣੀਆਂ ਸੋਹਣਾ ਸੀਟਸ ਹੋਣ ਚਲੋ ਵੀ ਆਪਾਂ ਆ ਸੀਟਸ ਸੀਗੀਆਂ ਨਾ ਜਿਹੜੀਆਂ ਸੋ ਆਪਾਂ ਨੂੰ ਇੱਥੇ ਵੀ ਨਹੀਂ ਕੋਈ ਵਧੀਆ ਲੱਗੀ ਟੋਇਲਸ ਵੀ ਨਹੀਂ ਵਧੀਆ ਲੱਗੀ ਹੁਣ ਵਾਲਮਾਰਟ ਵੀ ਦੇਖਦੇ ਹਾਂ ਇੱਕ ਵਾਰੀ ਸੀਟ ਇਹ ਬਾਹਲੀਆਂ ਵੱਡੀਆਂ ਸੀ ਕੋਈ ਛੋਟੀ ਛੋਟੀ ਸੀਟ ਦੇਖਦੇ ਹਾਂ ਆ ਸ਼ਨੈਲ ਦੇ ਕੀ ਕਰੀ ਜਾਂਦਾ ਚਲੋ ਫਿਰ ਚੱਲੀਏ ਹੁਣ ਮੇਰੀ ਬੁਕਿੰਗ ਵੀ ਹੈ ਇਸ ਤੋਂ ਬਾਅਦ 4 ਵਜੇ ਚਲੋ ਹਰਮਨ ਕਿੱਧਰ ਚੜ੍ਹ ਚੱਲੀ ਹਾਂ ਤਾਂ ਉਹਨੂੰ ਹੱਥ ਕਰ ਦੇਖਣਾ ਕਿੰਨਾ ਉੱਚਾ ਜਾਂਦਾ ਬਹੁਤ ਠੀਕ ਆ ਓਕੇ ਮੰਮੀ ਨੂੰ ਰੁਮਾਲ ਲੈ ਕੇ ਜਾਣੇ ਨੇ ਮੰਮੀ ਹੁੰਦੇ ਨੀ ਕਿਚਨ ਕਲੀਨ ਕਰਨ ਵਾਲੇ ਆਹ ਜਿਹੜੀ ਦੇਖ ਲੋ ਇਹ ਪੈ ਕੇ ਲੱਗਦਾ ਬਈ ਅਸੀਂ ਹੁਣ ਚੱਲੇ ਆ ਤੇ ਆ ਪੌੜੀ ਲੈ ਲਈ ਸਾਰਾ ਕੁਛ ਲੈ ਲਿਆ ਜਿਹੜੀ ਨੇ ਬਿੱਲ ਵਗੈਰਾ ਵੀ ਕਰਤਾ ਹਰਮਨ ਲੈ ਲਈ ਪੌੜੀ ਇਹ 5 ਫੁੱਟ ਪੌੜੀ ਤੇ 5 ਫੁੱਟ ਤੂੰ 5.5 ਫੁੱਟ 10 ਫੁੱਟ ਹੋ ਗਿਆ 2.5 ਫੁੱਟ ਦੀਆਂ ਤੇਰੀਆਂ ਬਾਹਾਂ ਕਿਚਨ ਦੇ ਵਿੱਚ ਮੌਜ ਨਾਲ ਕੰਮ ਕਰਾਂਗੇ ਠੀਕ ਆ ਜਿਹੜੇ ਸਾਨੂੰ ਸਾਡੀ ਕਿਚਨ ਇੰਨੀ ਵੱਡੀ ਉੱਪਰ ਤੱਕ ਫਿਰ ਸਾਨੂੰ ਪੌੜੀ ਦੀ ਲੋੜ ਪੈਣੀ ਸੀ ਹਾਂ ਹਾਂ ਹਰਮਨ ਬੜੀ ਚੜ੍ਹਾਈ ਅੱਜ
ਸ਼ਨੈਲ ਇਹ ਕੀ ਲੈ ਲਿਆ ਜੀ ਆਪਾਂ चलो ये बड़ी बढ़िया स्लेट है कोई ना हुन हौली हौली सीखूगा नानी की ड्यूटी है नानी नु कुछ नहीं सिखाते नानी नु सिखाना हुन उड़ाड़ा फिर इन छोटी ने कहा भी पेन फड़ो है ना मिशा नानी मेरी टीचर रही है ते नानी सिखा देने कुछ चलो अभी हुन आपां चलदे आं टीम हॉटन्स ना टीम हॉटन चली है यस बॉस ओके सारे चाह वाले बंदे दो मेन एक चाह पीनी है कि आज ठंडा पीने हैं मम्मी ने चाह पी ली ठंडा भी होने मान ला मेरी गल वधिया बहुत स्वाद जा जाके अब 4 बजे पी लेनी चल ठीक है ठंडा पी लो ओके ओके चल स्ट्रॉबेरी जेल भी मांगा मेनू भी स्वाद लगूगा बहुत स्वाद है चलो ठीक है मीठा मीठा वाला मैंगो एंड भी तुसी मेरी ड्रेस ता देख ही ली होगी जे थोनू सोहनी लगी देन ए मशीन तो लई सी तुसी मेरा डिस्काउंट कोड यूज कर सकदे हो हरमन जेडी 15 ओदे नाल थोनू एक्स्ट्रा 15% ऑफ ही मिल जूगा सो सोहने सोहने ड्रेसेस तुसी बाय कर सकदे हो मेनू इहदा कलर बहुत ही प्यारा लग्या ते आप जा सकदे इत्थे इत्थे अजे 4 वे स्टॉप सी चल चल या आज जेडी नवी चीज ऑर्डर की लाइक ब्लेंड द क्रीम इन इट या That's it. Oh, good topping? You want a black and a topping? Yes. Yeah, for sure. Yeah. Aage Alex Snell bhi pura khush hai. Aai aai aai. Ball. That's it. Barbie wali doll ball. Inta matlab Coca-Cola ho jana kaam. Inta matlab Coca-Cola. Andar aaye jana na. Thand kar dena. Ha. Oh, 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 oh. बाकी पता नहीं कि मैं ब्लेंड जी कराली कदे कराई नहीं आज तो एक्सपेरिमेंट करता मम्मी मांग केड़े मम्मी मांग नहीं मम्मी मांग की कादा इक्का जे मम्मी जी कोई चीज स्वाद बन जे फिर दूसरी बार मम्मी और एक्सपेरिमेंट करनगे फिर स्वाद नहीं खराब कर देंगे नहीं भाई मम्मी चीजें बहुत स्वाद हुंदियां ते पर जेड़ी ने आज एक्सपेरिमेंट कर लिया फिर सारे वाल हेलो भाई सारे जने स्ट्रॉ तू भी पीना ਸ਼ਨੈਲ ਸਟੋਰ ਨਾਲ ਪੀ ਲੈਣਾ ਇਹ ਤਾਂ ਬਾਲਾ ਜਿਆਦਾ ਯੰਮੀ ਲੱਗਦਾ ਇਹਨੂੰ ਪੀ ਲੈਣਾ ਸ਼ਨੈਲ ਸਟੋਰ ਨਾਲ ਚਲੋ ਵੀ ਓ ਓ ਕਿਵੇਂ ਲੱਗਿਆ ਹਰਮਨ ਪੂਰੀ ਗਰਮੀ ਦਾ ਵੈਦਰ ਹਾਲੇ ਮੈਂ ਪਹਿਲੇ ਸਟੈਪ ਪੜਨੀ ਆ ਉਹ ਗਾੜੀ ਇੰਨਾ ਆਇਆ ਹੀ ਨਹੀਂ ਓਏ ਬਾਲਾ ਵਧੀਆ ਜਸ਼ਨ ਦਾ ਕੋਈ ਤਾਂ ਪੜਾ ਬਦਲ ਸਾਨੂੰ ਓਏ ਯੰਮੀ ਆ ਕੀ ਆ ਇਹ ਜਿਹੜੀ ਸਟ੍ਰਾਬੇਰੀ ਚਿਲ ਸਟ੍ਰਾਬੇਰੀ ਚਿਲ ਜਿਹਨੇ ਕਿਸੇ ਨੇ ਆਰਡਰ ਨਹੀਂ ਕੀਤਾ ਸੋ ਟੇਸਟ ਕਰ ਲਿਓ ਫਰਾਈ ਜ਼ਰੂਰ ਕਰਿਓ ਗੱਲ ਬਣ ਗਈ ਓਏ ਮੈਂ ਤਾਂ ਖਾਣਾ ਖਾ ਕੇ ਜਾ ਓਹੋ ਕੱਟ ਵਧੀਆ ਬਣ ਜਾਂਦਾ ਕਿਵੇਂ ਚੱਲੀ ਇਹ ਵੀ ਹੁਣ ਦੱਸੋ ਹੁਣ ਮੈਂ ਕਹਿੰਦਾ ਪੀਨੇ ਆ ਤੁਰਦੇ ਆ ਜਲ ਕੇ ਫਿਰ ਜਾ ਚਲੋ ਠੀਕ ਆ ਪਾਰਟੀ ਸਿਟੀ ਦੇਖ ਲੈਣ ਕੀ ਹੁੰਦਾ ਆਪਾਂ ਮੁੜ ਕੇ ਵੀ ਆਉਣਾ ਉੱਥੇ ਉਹ ਲਟਕੜ ਓਕੇ ਚਲੋ ਹੁਣ ਕਰਨੋ ਜਾਂਦੇ ਚਲੋ ਫਿਰ ਹਾਏ 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 ਉਹ ਦੇਖ ਸਟਾਲ ਹੁੰਦਾ ਇੱਕ ਇੱਕ ਸਟਾਲ ਪਲਾਇਆ ਮੰਮੀ ਦੇਖ ਸਟਾਲ ਪਲਾਇਆ ਦੁਆਰਾ ਐਮੀ ਇੱਕ ਮਿੰਟ ਸਨੈਪੀ ਸਨੈਪੀ ਸਟਾਲ ਸ਼ਾਹ ਦਾ ਮੁਕਾਬਲਾ ਉਹ ਆ ਗਈ ਆ ਗਈ ਇੱਕ ਮਿੰਟ ਵੇ ਸਟਾਲ ਵੀ ਓਕੇ ਸਨੈਲ ਪਿੰਦਾ स्लाइड लंबी सी फिर आप घर चलते हैं ठीक है फिर घर जाके मिलते ਓਏ
ਸੋਹਣੀ ਚੈਂਕਲੀ ਲਿਆਂਦੀ ਪੂਰੀ ਖੁਸ਼ ਆ ਪੂਰਾ ਖੁਸ਼ ਆ ਪੂਰਾ ਖੁਸ਼ ਗੁਰਪ੍ਰੀਤ ਆਹ ਜਿਹੜੀ ਚੀਜ਼ ਆ ਬੈਗ ਨੀ ਹੁੰਦੀ ਪਿੱਛੇ ਨੂੰ ਵੇਖ ਹੋ ਸਕਦੀ ਆ ਚਲੋ ਕੋਈ ਨੀ ਫੇਰ ਦੇਖਾਂਗੇ ਹਰਮਨ ਹਰਮਨ ਬਣਾਤਾ ਸੀ ਹਾਂ ਚਲੋ ਦੂਜੀ ਸਿਖਾਉਂਦੇ ਸ਼ਨੈਲ ਨੂੰ ਇੱਕ ਪੈ ਸਟੈਪ ਮਿਸ ਕਰਦੀ ਹੈ ਦਾਦੂ ਨੇ ਤੇ ਸ਼ਨੈਲ ਹੁਣ ਸਲਾਈਡ ਲੈ ਕੇ ਦਿਖਾਊਗਾ ਤੁਹਾਨੂੰ ਸਾਰਿਆਂ ਨੂੰ ਚੜ ਗਿਆ ਚੜ ਗਿਆ ਚੜ ਗਿਆ ਓ ਓ ਪੂਰਾ ਹੈਪੀ ਆ ਨਾ ਚਲੋ 1 2 3 ਪੂਰਾ ਖੇਡਦਾ ਲੈ ਦੇ ਲੈਣ ਚੜਨਾ ਆ ਗਿਆ ਹਨਾ ਅੱਛਾ ਸੀਟ ਵਧੀਆ ਮਿਲ ਗਈ ਨਾ ਪੂਰੀ ਆਪਣੇ ਪਹਿਲਾਂ ਵਾਲੀ ਬਹੁਤ ਸੋਹਣੀ ਸੀਟ ਆ ਇਹ ਰੱਖਾਂ ਏ ਕਿੱਥੇ ਹੁਣ ਅੱਛਾ ਮੈਂ ਤੁਹਾਨੂੰ ਪਰੇ ਦੀ ਚੜਿਆ ਸਟੈਪਾਂ ਦੇ ਉੱਤੋਂ ਚੜਾ ਕੇ ਤੇ ਸਲਾਈਡ ਸਿੱਧੀ ਸਿਖਾ ਦੀ ਹਰਮਨ ਕਹਿੰਦੇ 1.5 ਹਜ਼ਾਰ ਰੁਪਏ ਨੂੰ ਐਂ ਵੀ ਸਿਖਾਈ ਪੂਰੀ ਐਕਟਿਵ ਕਰ ਰਹੇ ਆ ਇਹਨੂੰ ਬਈ ਅਸੀਂ ਦੇਖ ਲਓ ਅੱਜ ਫਿਰ ਸ਼ਨੈਲ ਨੂੰ ਹੁਣ ਇਹ ਸਾਈਕਲ ਬਾਹਰ ਲੈ ਆਏ ਸੀਗੇ ਅਸੀਂ ਕਿਹਾ ਚਲੋ ਸ਼ਨੈਲ ਆਪਣੇ ਡੈਡੀ ਜੀ ਨਾਲ ਗੇੜੇ ਕੱਢ ਲੂਗੀ ਵੀ ਵੈਦਰ ਵਧੀਆ ਸੀਗਾ ਸ਼ਾਮ ਨੂੰ ਲੈ ਕੇ ਆਇਆ ਧੁੱਪ ਤੋਂ ਵੀ ਰੱਖ ਲਿਆ ਅਤੇ ਧੁੱਪ ਵੀ ਨਾ ਲੱਗੇ ਅਤੇ ਪੂਰਾ ਨਜ਼ਾਰਾ ਪੂਰਾ ਫਨ ਹੋਈ ਜਾਂਦਾ ਸ਼ਨੈਲ ਨੂੰ ਪੂਰੀਆਂ ਮੌਜਾਂ ਬੜਾ ਸੋਹਣਾ ਚੱਲਦਾ ਸਾਈਕਲ ਜੇ ਤੁਸੀਂ ਵੀ ਕਿਸੇ ਨੇ ਬਾਏ ਕਰਨਾ ਟੋਏ ਰਸਤੇ ਵਿੱਚ ਹੈਗਾ ਸੀਗਾ ਪਰ ਇਹ ਲਾਸਟ ਪੀਸ ਹੀ ਸੀਗਾ ਆਈ ਥਿੰਕ ਔਨਲਾਈਨ ਮੰਗਾ ਸਕਦੇ ਹੋ ਸੋ ਬਹੁਤ ਹੀ ਵਧੀਆ ਸੀਗਾ ਲੈ ਯਾਰ ਨਾ ਇੱਧਰ ਕਰ ਹੋਣਾ
देखो जी बड़ा हरमन शौक है सैकल चला का, देखो सारे जने मगर अर्नव लई जाता सुनैल नाल मान ताप की सैकल भी आई जाती है मगर भैन जी भवानी गढ़ तुरे जाते हैं। देखो इधर इधर नीतपाल बैठे है जी डी साहब पखा झली जाते उन्होंने इधर 13-12 के चक्कर तुरे फिरते हैं। अज शीप दे वीर जी हार गए कई बार नाल के बंदे चक्कर चला जाते हैं चक्का देखो पूरी बन गया 100% बन गया 12 ਉੱਤੇ 13 ਦੇ ਨਾਲੇ ਜੰਗਲਾ ਦੇ ਇਹ ਵੀ ਨਹੀਂ ਵਿਚਾਰਾ ਵੀ ਬਈ 12 ਸਾਡੇ ਤਾਂ ਸਿਰ ਦੇ ਉੱਤੇ ਲੰਘੀ ਜਾਂਦੀਆਂ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਸੀ ਬਾਰੇ ਪਰ ਇਹ ਪੂਰੇ ਮਾਰ ਕਰਕੇ ਨਾਲੇ 13 ਦੇ ਰਾੜੀ ਨੂੰ ਤੂੰ ਜਦੋਂ ਵੀ ਚਕਾ ਦੇ ਚਕਾ ਇਹ ਆਪਦੇ ਪੂਰੇ ਕੰਫੀਡੈਂਸ ਦੇ ਵਿੱਚ ਲੱਗੇ ਪਏ ਆ ਉੱਤੇ ਸ਼ੋਅ ਕਰਾ ਦੇ ਰਾੜੀ ਨੂੰ 40 ਜਿਹੜਾ 12 13 ਦੀ ਗੇਮ ਖੇਡੇ ਇਹ ਜਿੰਨਾ 13 ਚੱਕ ਸਕੇ ਨਾ ਕੋਈ ਜੇ ਦਿੱਤਾ ਹੋਵੇ ਤੇ ਉੱਥੇ 12 ਬਲ ਨਹੀਂ मां तो पूरा जोर लाई जाती ओके जी फिर बाय 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 नेक्स्ट व्लॉग मिलांगे बाय बाय।